ਉਹ ਕੱਦਾ ਪ੍ਰਧਾਨ ਠੀਕ ਠਾਕ ਆ ਕਰੀ ਜਾਂਦੇ ਵਲੌਗ ਇੰਜੋਏ ਲੈ ਵੀ ਆਪਾਂ ਕਿਸੇ ਦੀ ਗੱਲ ਮੰਨ ਲਈ ਸੀ ਅਤੇ ਉਹ ਕਹਿੰਦੇ ਸੀ ਬਾਈ ਸਾਨੂੰ ਹੈ ਨਾ ਵਲੌਗ ਪਾਈ ਜਾਇਓ ਜਿੰਨੇ ਵੀ ਵਿਆਹ 'ਤੇ ਵਲੌਗ ਤੁਸੀਂ ਬਣਾਉਣੇ ਆ ਠੀਕ ਹੈ ਜਿੰਨੇ ਦਿਨ ਫੰਕਸ਼ਨ ਆ ਉਨੇ ਦਿਨ ਵਲੌਗ ਲਗਾਤਾਰ ਬਣੇ ਹੋਏ ਆ ਹਜੇ ਇਸ ਤੋਂ ਬਾਅਦ ਦੋ ਵਲੌਗ ਹੋਰ ਆਏ ਜਾਗੋ ਦਾ ਵਲੌਗ ਸੀਗਾ ਜਿਹੜਾ ਹੁਣ ਤੁਸੀਂ ਦੇਖਣਾ ਹੈ ਠੀਕ ਹੈ ਇਸ ਤੋਂ ਪਹਿਲਾਂ ਤੁਸੀਂ ਮਾਈਏ ਦਾ ਵਲੌਗ ਦੇਖ ਲਿਆ ਇਹ 'ਚ ਮਾਈਏ ਦਾ ਵੀ ਆ ਜਾਗੋ ਦਾ ਵੀ ਆ ਸਾਰਾ ਮਤਲਬ ਜੋ ਵੀ ਫੰਕਸ਼ਨ ਸੀਗਾ ਉਹ ਤੁਹਾਨੂੰ ਆਹ ਵਲੌਗ 'ਚ ਦੇਖਣ ਨੂੰ ਮਿਲਣਾ ਅਤੇ ਵਿਆਹ ਵਾਲਾ ਵਲੌਗ ਕੱਲ੍ਹ ਨੂੰ ਆਊਗਾ ਉਹ ਤੋਂ ਬਾਅਦ ਵਿੱਚ ਫਿਰ ਇੱਕ ਵਲੌਗ ਆ ਪਾਰਟੀ ਸੀਗੀ ਘਰ ਰਿਸੈਪਸ਼ਨ ਪਾਰਟੀ ਸਾਰਾ ਕੁਝ ਜੋ ਕੁਝ ਸੀਗਾ ਉਹਦਾ ਹੀ ਵਲੌਗ ਬਣਿਆ ਹੋਇਆ ਠੀਕ ਆ ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿੱਦਾਂ ਦੇ ਲੱਗਦੇ ਪਏ ਆ ਅਤੇ ਥੈਂਕ ਯੂ ਸੋ ਮੱਚ ਬਾਕੀ ਸਾਰਿਆਂ ਦਾ ਸਪੋਰਟ ਕਰਨ ਲਈ ਕੁਛ ਵੀ ਆ ਸਾਨੂੰ ਮੈਸੇਜ ਬਹੁਤ ਆਏ ਵੀ ਤੁਸੀਂ ਪਾ ਦਿਓ ਵਲੌਗ ਤਾਂ ਕਰਕੇ ਸਾਨੂੰ ਇੱਕ ਦਿਨ ਨਾਗਾ ਪਾਉਣਾ ਪਿਆ ਉਹ ਵੀ ਵਿਆਹ ਵਾਲੇ ਦਿਨ ਕਿਉਂਕਿ ਵਿਆਹ ਵਾਲੇ ਦਿਨ ਅਸੀਂ ਬਹੁਤ ਦੂਰ ਜਾਣਾ ਸੀਗਾ ਠੀਕ ਉਹ ਤੁਹਾਨੂੰ ਕੱਲ੍ਹ ਦੇ ਵਲੌਗ 'ਚ ਪਤਾ ਲੱਗ ਜਾਣਾ ਕਿਉਂਕਿ ਕਾਫੀ ਦੂਰ ਜਾਣਾ ਸੀ ਉਹਦੇ ਕਰਕੇ ਸੋ ਆਹ ਵਾਲਾ ਵਲੌਗ ਹੁਣ ਤੁਸੀਂ ਇੰਜੋਏ ਕਰੋ ਇਹਦੇ ਵਿੱਚ ਮਾਈਆਂ ਆ ਦੂਜਾ ਬਟਨਾ ਜਿਹੜਾ ਹੁੰਦਾ ਜਾਗੋ ਵਾਲੇ ਦਿਨ ਉਹ ਆ ਅਤੇ ਜਾਗੋ ਆ ਸਾਰਾ ਅਤੇ ਦੱਸਿਓ ਭੰਗੜਾ ਕਿੱਦਾਂ ਦਾ ਲੱਗਾ ਹੈ ਇੱਥੇ ਦੱਸ ਦੇਣਾ ਕਮੈਂਟ ਜ਼ਰੂਰ ਕਰ ਦਿਓ ਭੰਗੜਾ ਭੁੰਗੜਾ ਦੇਖ ਕੇ ਜੋ ਕੁਛ ਵੀ ਆ ਵੀ ਵਲੌਗ ਕਿੱਦਾਂ ਲੱਗਾ ਬਾਕੀ ਹੁਣ ਐਂਡਿੰਗ 'ਚ ਮਿਲਦੇ ਹਾਂ ਆਪਾਂ ਕਰੋ ਇੰਜੋਏ ਚੰਨੀ ਫਾਨੀ
स्माइल कर खिंच तो कोई नहीं मम्मी लड़ी जानी मिंदर मिंदर थले पै जाता थक जाता या तो चलिए पापा ना नहीं जाना किन्ने देना ठीक है बना ला ਤੇਰੇ ਗੱਲੀ ਦੇਖੀ ਵੱਖਰਾ ਲੈ ਦੇ ਮੈਨੂੰ ਸਾਰੇ ਅਸ਼ਰਾ
ठीक लग्या भंगड़ा भुंगड़ा बनाई गया इना थोड़ा जा होर फिर किदा होर नेकलेस पाला मुड़ के पाउडर पाई आ और गर्मी दे विच हार पाई गई हुण सारा ओ इन्फेक्शन जी हो गई एलर्जी जी पैत पैत कहिंदे हुंदे आ लै जी सामेदार बंदा इक नाल रखी दा जिहड़ा नाले दस देवे वे की गल आ होर वे किदा वधिया रिहा पिया इंजॉय हो गया कहिंदे तेरी मम्मी डैडी नूं क्यों नहीं लैके गए चक्कर तुसीं गए नहीं तुसीं गए नहीं फंक्शन ते किथे किथे गए जागो ते गए डैडी ब्याह ते गया डैडी सिर्फ ब्याह ते गया डैडी फिर गर्मी ज्यादा मंदा हाँ दूर बहुत सीगा ता करके चार घंटे लग गए थानू जाण नू चार ही आउण नू होर फिर किदा रिहा ब्याह खा लिया कि देख लिया खादा देखिया ता ते आवाज तो असीं जांदे आ मैं फेर फुल जाणा वो ने मैं कहा जदों असीं ब्याह तो उधर खा पी के दो तीन दिन आणा
दारू गए दारू भी पी हो गई नहीं ऐदां ही पानी नहीं कहना दारू ही पानी हुंदा पर भी की अच्छा गर्मी ऐदा ही बाकी फंक्शन वधिया हो गया सारा बहुत वधिया हो गया ब्लॉग सानू देखण नू मिल जाणा दा कल्लू ब्याह वाला भी असीं विच तां थोड़ा क्योंकि उत्थे असीं उत्थे थोड़ा नेटवर्क प्रॉब्लम है जे उत्थे उन्ने पे तां ब्लॉग ना आया तां के भी कमेंट आ जांदे ब्याह दस्स दो केदा आ मुल्ले ब्याह ही नहीं पता लगा उच्च दिखा लिया नहीं सी आ वीडियो च देखे आओगे हुण तुहानू पता लग जाणा वे केदा गल्लां च नहीं कोई कर की दा आ तेरा आ तेरा तां नहीं कल्ली दा मतलब हफ्ते बाद सूत कर लेना देखूंगा वीडियो फिर रगा बैठिया पे हो गया ठीक मम्मी ने नी अपना नुक्शा दसा चाह चके पाके दस दिता पीता नहीं चलो कोई नी बाकी तैं बथेरा भंगड़ा पाया ਬਹੁਤ ਤੈਨੂੰ ਗਰਮੀ ਨਹੀਂ ਲੱਗੀ ਕੱਲ ਮੈਨੂੰ ਭੰਗੜਾ ਹੀ ਨਹੀਂ ਆਇਆ ਰਾਤੀ ਪਤਾ ਨਹੀਂ ਕੱਲ ਹੀ ਭੰਗੜਾ ਆਉਣਾ ਹੁੰਦਾ ਮਤਲਬ ਪੈਰ ਨਹੀਂ ਸੀ ਕੱਲ ਉਦੋਂ ਦਾ ਮੇਰਾ ਨੋ ਫੀਲ ਕੀਤਾ ਜ਼ੋਰ ਲੱਗ ਗਿਆ ਥਕਾਵਟ ਵੀ ਹੁੰਦੀ ਆ ਥਕਾਵਟ ਹੋ ਜਾਂਦੀ ਉਦੋਂ ਦਾ ਬਹੁਤ ਨੱਚੀ ਬਈ ਬਹੁਤ ਨੱਚੀ ਕਰਨਾ ਵੀਡੀਓ ਦੇਖ ਲੈਣਾ ਸਾਰਿਆਂ ਨੇ ਸਭ ਤੋਂ ਐਂਡ ਕਰਕੇ ਆ ਸਾਰੇ ਵੀਡੀਓ ਦੇਖ ਲਓ ਕਿਦਾਂ ਲੱਗੀ ਉਹਨਾਂ ਨੱਚਣ ਕਿੱਥੇ ਚਲ ਕੋਈ ਨਹੀਂ ਡੈਡੀ ਕਹਿੰਦਾ ਮੈਂ ਵੀ ਭੰਗੜਾ ਪਾਉਣਾ ਹੈ ਡੈਡੀ ਤੋਂ ਰਾਤੀ ਆ ਜਾਂਦਾ ਰਾਤੀ ਭੰਗੜਾ ਪਾ ਲੈਂਦਾ ਰਾਤੀ ਅਸੀਂ ਡੈਡ ਅਸੀਂ ਪਹਿਲਾਂ ਗਏ ਸੀ ਗਿਫਟ ਲੈਣ ਉੱਧਰ ਹੈ ਡੈਡੀ ਰਾਤੀ ਨਹੀਂ ਆਇਆ ਰਾਤੀ ਭੰਗੜਾ ਪਾ ਲੈਂਦਾ ਡੈਡੀ ਗਰਮੀ ਬਹੁਤ ਮੰਨਦਾ ਅਸੀਂ ਤਿੰਨ ਜਣੇ ਜਾਏ ਆਂ ਡੈਡੀ ਨਹੀਂ ਰਾਤੀ ਬਹੁਤ ਸੀਗੀ ਨਾ ਗਰਮੀ ਤਾਂ ਜਿੱਦਾਂ ਕਿਦਾਂ ਨਿਕਲ ਕੇ ਜੇ ਰਾਤੀ ਭੰਗੜਾ ਪਾਣੇ ਸੀ ਉਦੋਂ ਜੀ ਉਦੋਂ ਥੋੜਾ ਸਹੀ ਸੀਗਾ ਉਦੋਂ ਨਹੀਂ ਲੱਗੀ ਉਦੋਂ ਨਹੀਂ ਰਾਤੀ ਬਹੁਤ ਲੱਗੀ चलो ठीक है फाइनली आ वाला ब्लॉग इथे एंड करदे हुण दो तीन दिन साडियां ब्याह दियां गल्लां चली जाणियां जद तक तुसीं सारे ब्लॉग एंजॉय करो ठीक है फिर तुहानूं मिलदे हुण अगले ब्लॉगों में भी तुम दसते हैं कि होने वाला कितना आ कि बनूगा वो तुम एंड पता लगेगा ठीक है चलो बाय बाय ओके सारे जने चैनल कर लो सबसक्राइब तो वीडियो कर दियो जरूर करके दसियो मैंने कहना मेरा भंगड़ा भी दस कि ना चलो ठीक है बाय बाय।